ਤੇ ਅੱਜ ਇਹ ਖਜ਼ਾਨਾ ਖਾਲੀ ਮੰਤਰੀ ਜਿਹੜਾ ਸਾਡੇ ਟਾਈਮ ਵੀ ਆਈ ਢੋਲ ਵਜਾਉਂਦਾ ਸੀ ਖਜ਼ਾਨਾ ਖਾਲੀ ਤੇ ਅੱਜ ਵੀ ਉਹੀ ਵਿੱਤ ਮੰਤਰੀ ਉਹੀ ਖਜ਼ਾਨਾ ਖਾਲੀ ਜੇ ਕੈਂਚੀ ਲਾਈ ਹੈ ਇਹ ਨਹੀਂ ਕਿ ਆਪਣੀ ਤਨਖਾਹਾਂ ਰੱਜੇ ਹੋਏ ਘਰਾਂ ਤੋਂ 3 ਸਾਲ ਲੁੱਟ ਕੇ ਜੇਬਾਂ ਭਰੀਓ ਹੈ ਭਾਵੇਂ ਰੇਤਾ ਹੋਏ ਸ਼ਰਾਬ ਹੋਏ ਪੈਨਸ਼ਨ ਹੋਏ ਸ਼ਗਨ ਹੈ ਕੁਛ ਨਹੀਂ ਛੱਡਿਆ ਬਿਜਲੀ ਦੇ ਬੋਝ ਦਾ ਬਿੱਲ ਜਿਹੜਾ ਇਹਨਾਂ ਨੇ ਲਗਾਤਾਰ ਲੋਕਾਂ ਦੇ ਵਿੱਚ ਉੱਤੇ ਪਾ ਕੇ ਇਹਨਾਂ ਦੀ ਜੇਬਾਂ ਤੋਂ ਪੈਸੇ ਕਢਾਏ ਨੇ ਇਹ ਮੁਲਾਜ਼ਮੀ ਬਿਜਲੀ ਦੇ ਬਿੱਲ ਵੀ ਭਰਦੇ ਨੇ ਲੇਕਿਨ ਇਸ ਤੋਂ ਉੱਪਰ ਇਹਨਾਂ ਦੀ ਤਨਖਾਹਾਂ ਵੀ ਉਹਨਾਂ ਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਲੱਖ ਲੱਖ ਡੇਢ ਡੇਢ ਲੱਖ ਸਾਲ ਦਾ ਇਹਨਾਂ ਦੇ ਢਿੱਡ 'ਚ ਲੱਤ ਮਾਰੀ ਹੈ ਇਸ ਕਾਂਗਰਸ ਸਰਕਾਰ ਨੇ ਤਾਂ ਸੁਪਰੀਮ ਕੋਰਟ 'ਚ ਇਹ ਕੇਸ ਹਾਰ ਗਏ ਅਦਾਲਤ ਨੇ ਵੀ ਕਿਹਾ ਕਿ ਸਰਕਾਰ ਨੇ ਪੈਰਵੀ ਠੀਕ ਨਹੀਂ ਕਰ ਲਈ ਜਿਹਦੇ ਕਰਕੇ ਹਾਰਨਗੇ ਹੁਣ ਉਸ ਕੰਪਨੀ ਦੇ ਨਾਲ ਵੀ ਕੀ ਇਹਨਾਂ ਨੇ ਅਸੀਂ 4-4.5 ਹਜ਼ਾਰ ਕਰੋੜ ਦਾ ਲੋਕਾਂ ਦੀ ਜੇਬਾਂ ਤੋਂ ਪੈਸੇ ਬਿਜਲੀ ਦੇ ਬਿੱਲ ਦੇ ਬਹਾਨੇ ਕੱਢ ਕੇ ਇਹਨਾਂ ਨੇ ਆਪ ਦੀ ਜੇਬਾਂ 'ਚ ਭਰੇ ਨੇ ਹਰੇਕ ਖੇਤਰ ਵਿੱਚ ਘਪਲੇ ਘੁਟਾਲੇ ਕੀਤੇ ਨੇ ਜਦ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਨੂੰ ਵੇਚ ਕੇ ਕਿਵੇਂ ਇਹ ਖਾ ਗਏ ਤੇ ਲੋਕੀ ਹੈਰਾਨ ਹੋਣਗੇ ਕਿ ਝੂਠੀ ਸੌਂਹ ਖਾਣ ਵਾਲੀ ਇਹ ਸਰਕਾਰ ਹੀ ਨਹੀਂ ਲੇਕਿਨ ਲੋਕਾਂ ਦੇ ਢਿੱਡ 'ਚ ਲੱਤ ਮਾਰਨ ਵਾਲੀ ਸਰਕਾਰ ਉਹਨਾਂ ਨੇ ਬਣਾਈ ਇੱਕ ਪਾਰਟੀ ਹੈਗੀ ਜਿਹੜੀ ਦਿਨ ਰਾਤ ਮਿਹਨਤ ਕਰਕੇ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਵਾਸਤੇ ਮਿਹਨਤ ਕਰਦੀ ਹੈ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਝੂਠੇ ਵਾਅਦੇ ਝੂਠੇ ਲਾਰੇ ਨਹੀਂ ਕਰਦੀ ਜਿੰਨੇ ਝੂਠੇ ਵਾਅਦੇ ਇਹ ਖਜ਼ਾਨਾ ਖਾਲੀ ਮੰਤਰੀ ਨੇ ਕਹੇ ਨੇ ਇੱਕ ਇੱਕ ਵਾਅਦੇ ਤੋਂ ਮੁੱਕਰ ਕੇ ਇਹਨਾਂ ਉਲਟ ਕਰਨਾ ਹੈਗਾ ਬੀਤੇ ਕੁਝ ਦਿਨ ਪਹਿਲਾਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਤਨਖਾਹ 'ਚ ਕਟੌਤੀ ਕੀਤੇ ਜਾਣ ਦਾ ਬਿਆਨ ਦਿੱਤਾ ਗਿਆ ਸੀ ਪੁਲਿਸ ਮੁਲਾਜ਼ਮਾਂ ਦੀ 13ਵੇਂ ਮਹੀਨੇ ਦੀ ਤਨਖਾਹ ਬੰਦ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਚਾਰੇ ਪਾਸੇ ਇਸ ਦਾ ਵਿਰੋਧ ਕੀਤਾ ਜਾਣ ਲੱਗਿਆ ਹੁਣ ਇਸ ਮੁੱਦੇ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੋਲਦਿਆਂ ਮਨਪ੍ਰੀਤ ਬਾਦਲ ਖਿਲਾਫ ਖੂਬ ਭੜਾਸ ਕੱਢੀ ਹੈ ਤੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਇਹ 13ਵੀਂ ਤਨਖਾਹ ਸ਼ੁਰੂ ਕੀਤੀ ਗਈ ਸੀ ਜੋ ਕਿ 35-40 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਖਜ਼ਾਨਾ ਮੰਤਰੀ ਸਾਡੇ ਵੇਲੇ ਵੀ ਖਜ਼ਾਨਾ ਖਾਲੀ ਦਾ ਢੋਲ ਵਜਾਉਂਦਾ ਸੀ ਤੇ ਅੱਜ ਵੀ ਇਸਦਾ ਉਹੀ ਕੰਮ ਹੈ ਦੇਖੋ ਕਿੰਨੀ ਸ਼ਰਮ ਦੀ ਗੱਲ ਹੈਗੀ ਕਿ ਜਿੱਥੇ ਕੈਪਟਨ ਸਰਕਾਰ ਤੇ ਕਾਂਗਰਸ ਸਰਕਾਰ ਆਪ ਦੇ ਤਾਂ ਨਵੇਂ ਨਵੇਂ ਸਲਾਹਕਾਰ ਰੱਖ ਕੇ ਨਵੀਂ ਤਨਖਾਹਾਂ ਆਪਣੀ ਤਨਖਾਹਾਂ 'ਚ ਵਾਧਾ ਨਵੀਂ ਗੱਡੀਆਂ ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਕਰਕੇ ਆਪ ਤਾਂ ਇੱਕ ਪਾਸੇ ਤਾਂ ਜਿਹੜਾ ਲੁੱਟ ਕਸੁੱਟ ਕਰ ਰਹੇ ਉਹ ਤਾਂ ਅੱਡ ਲੇਕਿਨ ਜਿਹੜੇ ਸਾਡੇ ਸੂਬੇ ਵਿੱਚ ਲਾਅ ਐਂਡ ਆਰਡਰ ਤਾਂ ਇੰਨਾ ਮਾੜਾ ਹਾਲ ਹੋ ਗਿਆ ਕਿ ਜੇਲ੍ਹ ਤੋਂ ਗੈਂਗਸਟਰ ਹੁਣ ਰਾਜ ਕਰ ਰਹੇ ਨੇ ਅਤੇ ਸੂਬੇ ਨੂੰ ਚਲਾ ਰਹੇ ਨੇ ਕਿਉਂਕਿ ਸਰਕਾਰ ਜਮਾਂ ਹੀ ਫੇਲ ਹੋ ਚੁੱਕੀ ਹੈ ਸਰਕਾਰ ਨਾਮ ਦੀ ਚੀਜ਼ ਨਹੀਂ ਅੱਜ ਜਿਹੜੀ ਮਾੜੀ ਮੋਟੀ ਸਰਕਾਰ ਦਾ ਦਿਖਦੀ ਹੈ ਉਹ ਪੁਲਿਸ ਮੁਲਾਜ਼ਮ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਅਤੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਆ ਕਿਉਂਕਿ ਨਾ ਇਹਨਾਂ ਦਾ ਸ਼ਨੀਵਾਰ ਆਉਂਦਾ ਨਾ ਇਹਨਾਂ ਦਾ ਐਤਵਾਰ ਆਉਂਦਾ ਨਾ ਇਹਨਾਂ ਦੀ ਦਿਵਾਲੀ ਹੁੰਦੀ ਹੈ ਨਾ ਇਹਨਾਂ ਦਾ ਗੁਰਪੁਰਬ ਹੁੰਦਾ ਕੋਈ ਛੁੱਟੀ ਦਾ ਮਤਲਬ ਕੁਛ ਨਹੀਂ ਹੁੰਦਾ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਜਿਹੜਾ ਬਾਦਲ ਸਾਹਿਬ ਨੇ ਕਿੰਨੇ ਸਾਲ ਪਹਿਲੇ 40 ਸਾਲ ਪਹਿਲੇ ਕਿਹਾ ਕਿ ਇਹਨਾਂ ਦੀ ਛੁੱਟੀਆਂ ਜਿਹੜੀ ਹੋ ਜਾਂਦੀਆਂ ਨੇ ਜਿਹੜੇ ਬਾਕੀ ਤਾਂ 9 ਤੋਂ 5 ਵਜੇ ਦਾ ਦਫ਼ਤਰ 'ਚ ਮੁਲਾਜ਼ਮ ਕੰਮ ਕਰਦੇ ਨੇ ਇਹਨਾਂ ਨੂੰ ਛੁੱਟੀਆਂ ਵੀ ਮਿਲਦੀਆਂ ਨੇ ਸੋ ਇਹਨਾਂ ਨੂੰ ਕਿਉਂਕਿ ਆਹ ਸਹੂਲਤਾਂ ਨਹੀਂ ਹੁੰਦੀਆਂ ਇਹਨਾਂ ਨੂੰ 12 ਮਹੀਨੇ ਦੀ ਜਗ੍ਹਾ 13 ਮਹੀਨੇ ਇਹਨਾਂ ਨੂੰ ਤਨਖਾਹ ਦਿੱਤੀ ਜਾਊਗੀ ਇਹ ਬਾਦਲ ਸਾਹਿਬ ਦੀ ਦੇਣ ਸੀਗੀ ਜਿਹੜੀ ਲਗਾਤਾਰ ਮੈਨੂੰ ਲੱਗਦਾ 35-40 ਸਾਲਾਂ ਤੋਂ ਮਿਲਦੀ ਰਹੀ ਹੈ ਅਤੇ ਅੱਜ ਇਹ ਖਜ਼ਾਨਾ ਖਾਲੀ ਮੰਤਰੀ ਜਿਹੜਾ ਸਾਡੇ ਟਾਈਮ ਵੀ ਆਈ ਢੋਲ ਵਜਾਉਂਦਾ ਸੀ ਖਜ਼ਾਨਾ ਖਾਲੀ ਅਤੇ ਅੱਜ ਵੀ ਉਹੀ ਵਿੱਤ ਮੰਤਰੀ ਉਹੀ ਖਜ਼ਾਨਾ ਖਾਲੀ ਜੇ ਕੈਂਚੀ ਲਾਈ ਹੈ ਇਹ ਨਹੀਂ ਕਿ ਆਪਣੀ ਤਨਖਾਹਾਂ ਰੱਜੇ ਹੋਏ ਘਰਾਂ ਤੋਂ 3 ਸਾਲ ਲੁੱਟ ਕੇ ਜੇਬਾਂ ਭਰੀਓ ਹੈ ਭਾਵੇਂ ਰੇਤਾ ਹੋਏ ਸ਼ਰਾਬ ਹੋਏ ਪੈਨਸ਼ਨ ਹੋਏ ਸ਼ਗਨ ਹੈ ਕੁਛ ਨਹੀਂ ਛੱਡਿਆ ਬਿਜਲੀ ਦਾ ਬੋਝ ਇਹੋ ਜਿਹਾ ਲੋਕਾਂ ਦੇ ਉੱਤੇ ਪਾਇਆ ਹੈ ਅਤੇ ਲੁੱਟ ਲੁੱਟ ਕੇ ਖਜ਼ਾਨਾ ਖਾਲੀ ਕਰਕੇ ਜਿਨ੍ਹਾਂ ਦੀ ਜੇਬਾਂ ਭਰੀਆਂ ਇਹਨਾਂ ਦੀ ਤਨਖਾਹਾਂ ਬੰਦ ਕਰਨ ਦੇ ਬਜਾਏ ਉਹ ਵਿਚਾਰੇ ਮੁਲਾਜ਼ਮ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਪਹਿਲੇ ਇਹਨਾਂ ਦੇ 200 ਰੁਪਏ ਮਹੀਨੇ ਦੇ ਕੱਟ ਤੇ ਉਹਦੇ ਬਾਅਦ ਇਹਨਾਂ ਦਾ DA ਮੈਨੂੰ ਲੱਗਦਾ 2-2-3-3 ਸਾਲ ਦਾ ਮੇਰਾ 70-80 ਹਜ਼ਾਰ ਦਾ ਸਾਲ ਦਾ ਤਾਂ ਆ ਹੀ ਨੁਕਸਾਨ ਹੋਇਆ DA ਇਹਨਾਂ ਦਾ ਰੋਕਤਾ ਪੇ ਕਮਿਸ਼ਨ ਨਹੀਂ ਲਾਗੂ ਕੀਤੀ ਅਤੇ ਹੁਣ ਨਵੀਂ ਚੀਜ਼ ਸੁਣਨ ਨੂੰ ਆਈ ਹੈ ਕਿ ਇਹਨਾਂ ਦੇ 13ਵੇਂ ਮਹੀਨੇ ਦਾ ਜਿਹੜਾ ਇਹਨਾਂ ਨੂੰ ਪੈਸਾ ਮਿਲਦਾ ਸੀ ਉਹ ਪੈਸਾ ਵੀ ਰੋਕ ਕੇ ਆਪਦਾ ਖਜ਼ਾਨਾ ਭਰ ਕੇ ਮਤਲਬ ਇੱਕ ਪਾਸੇ ਬਿਜਲੀ ਦੇ ਬੋਝ ਦਾ ਬਿੱਲ ਜਿਹੜਾ ਇਹਨਾਂ ਨੇ ਲਗਾਤਾਰ ਲੋਕਾਂ ਦੇ ਵਿੱਚ ਉੱਤੇ ਪਾ ਕੇ ਇਹਨਾਂ ਦੀ ਜੇਬਾਂ ਤੋਂ ਪੈਸੇ ਕਢਾਏ ਨੇ ਇਹ ਮੁਲਾਜ਼ਮੀ ਬਿਜਲੀ ਦੇ ਬਿੱਲ ਵੀ ਭਰਦੇ ਨੇ ਲੇਕਿਨ ਇਸ ਤੋਂ ਉੱਪਰ ਇਹਨਾਂ ਦੀ ਤਨਖਾਹਾਂ ਵੀ ਉਹਨਾਂ ਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਲੱਖ ਲੱਖ ਡੇਢ ਡੇਢ ਲੱਖ ਸਾਲ ਦਾ ਇਹਨਾਂ ਦੇ ਢਿੱਡ 'ਚ ਲੱਤ ਮਾਰੀ ਹੈ ਇਸ ਕਾਂਗਰਸ ਸਰਕਾਰ ਨੇ ਅਤੇ ਮੈਂ ਕਾਰਨ ਇਹ ਦੱਸਣਾ ਚਾਹਾਂਗੀ ਇਹ ਸਾਰਾ ਕੁਛ ਕਿਉਂ ਕਰ ਰਹੇ ਨੇ ਕਿਉਂਕਿ ਕੇਂਦਰ ਵਿੱਚ 10 ਸਾਲ ਜਿਹੜੀ ਕਾਂਗਰਸ ਦੀ ਸਰਕਾਰ ਸੀ ਜਿਨ੍ਹਾਂ ਨੇ ਇਹੋ ਜਿਹੇ ਲੁੱਟ ਖਸੁੱਟ 2G ਦਾ ਘੁਟਾਲਾ ਖੇਡਾਂ ਦਾ ਘੁਟਾਲਾ ਸਪੈਕਟਰਮ ਦਾ ਘੁਟਾਲਾ 2,75,000 ਘੁਟਾਲੇ ਦੇ ਉੱਤੇ ਘੁਟਾਲੇ ਜਿਹੜੇ ਹੋ ਰਹੇ ਸੀ
ਹੁਣ 3 ਸਾਲ ਪੂਰੇ ਹੋਏ ਨੇ ਤਾਂ ਘੁਟਾਲੇ ਸਾਹਮਣੇ ਆਉਣ ਲੱਗੇ ਨੇ। ਪਹਿਲੇ ਇਹਨਾਂ ਦਾ ਮੰਤਰੀ ਬਣਾ ਰੇਤਾਂ ਦੇ ਖੱਡਿਆਂ 'ਚ ਜਿਹੜੇ ਆਪਦੇ ਲਾਂਗਰੀਆਂ ਦੇ ਨਾਮ 'ਚ ਕਰੋੜਾਂ ਦਾ ਚੂਨਾ ਲਾ ਰਹੇ ਸੀਗੇ, ਉਹ ਸਾਹਮਣੇ ਆ ਮੰਤਰੀ ਪਦ ਛੱਡਣਾ ਪਿਆ। ਉਹਦੇ ਬਾਅਦ ਕਿਸੇ ਮੰਤਰੀ ਦਾ ਜਿਹੜੇ ਗਰੀਬਾਂ ਦੇ ਪੈਨਸ਼ਨ 'ਚ ਉਹਦੇ ਘੁਟਾਲੇ ਸਾਹਮਣੇ ਆਏ, ਸ਼ਰਾਬ ਦੇ ਘੁਟਾਲੇ ਸਾਹਮਣੇ, ਅਤੇ ਹੁਣ ਬਿਜਲੀ ਦਾ ਬਿੱਲ ਦਾ ਬੋਝ ਲੋਕਾਂ ਦੇ ਉੱਤੇ ਕਿਉਂ ਪੈ ਰਿਹਾ ਹੈ, ਇਹ ਵੀ ਸੁਖਵੀਰ ਜੀ ਨੇ ਚੰਗੀ ਤਰ੍ਹਾਂ ਕੱਲ੍ਹ ਸਮਝਾਇਆ। ਬਿਜਲੀ ਦੇ ਮੁੱਦੇ ਤੇ ਬੋਲਦੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਤਾਂ ਬੁਰਾ ਹਾਲ ਹੈ ਤੇ ਕਾਂਗਰਸ ਸਰਕਾਰ ਨੂੰ ਲੁੱਟ ਖਸੁੱਟ ਵਾਲੀ ਸਰਕਾਰ ਦੱਸਿਆ। ਪੰਜਾਬ 'ਚ ਬਿਜਲੀ ਦਾ ਘਾਟਾ ਹੁੰਦਾ ਸੀਗਾ ਜਦ ਸਾਡੀ ਸਰਕਾਰ ਸੀ, ਜਿੱਥੇ 2-2 ਦਿਨ ਦੇ ਕੱਟ ਖੇਤਾਂ 'ਚ ਨਹੀਂ ਆਉਂਦੀ ਸੀ ਬਿਜਲੀ, 6-6 ਘੰਟੇ ਦੇ ਕੱਟ ਘਰਾਂ 'ਚ ਲੱਗਦੇ ਸੀ, ਅਤੇ ਬਿਜਲੀ ਪੂਰਾ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਟੀਚਾ ਸਾਧਿਆ, ਨਿਸ਼ਾਨਾ ਲਿੱਤਾ, ਵੱਡੇ ਥਰਮਲ ਪਲਾਂਟ ਲਗਾਏ। ਹਰੇਕ ਥਰਮਲ ਪਲਾਂਟ ਦੀ ਮਨਜ਼ੂਰੀ 12-13 ਕੇਂਦਰ ਦੇ ਮਹਿਕਮਿਆਂ ਤੋਂ ਮਿਲਦੀ ਹੈ। ਉਹਨਾਂ ਦੀ ਮਨਜ਼ੂਰੀ ਦਾ ਜਿਹੜਾ ਪਰਫੋਰਮਾ ਬਣਦਾ ਉਹ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਫੈਸਲਾ ਕਰਦੇ, ਅਤੇ ਉਸ ਪਰਫੋਰਮਰ ਦੇ ਹਿਸਾਬ ਦੇ ਨਾਲ ਸਾਰੇ ਸੂਬੇ ਲਾਗੂ ਕਰਦੇ ਨੇ। ਅਤੇ ਅਸੀਂ ਪੰਜਾਬ 'ਚ ਬਿਜਲੀ ਸਰਪਲਸ ਕੀਤੀ, ਲੇਕਿਨ ਇਹ ਲੁੱਟ ਖਸੁੱਟ ਵਾਲੀ ਸਰਕਾਰ ਜਿਨ੍ਹਾਂ ਦੀ ਨੀਅਤ ਸਿਰਫ ਇੱਕ ਪਾਸੇ ਨਸ਼ੇ ਵੇਚ ਕੇ ਜੇਬਾਂ ਭਰੋ, ਸਰਕਾਰੀ ਸੋਮਿਆਂ ਨੂੰ ਖਤਮ ਕਰੋ ਅਤੇ ਸਰਕਾਰੀ ਸਹੂਲਤਾਂ ਨੂੰ ਤੁਸੀਂ ਦੇਖੋ ਕਿ ਕੱਲ੍ਹ ਜਿਹੜਾ ਸੁਖਵੀਰ ਜੀ ਨੇ ਦੱਸਿਆ ਕਿਸੇ ਵੀ ਕੇਸ ਦੀ ਪੈਰਵੀ ਨਹੀਂ ਨਾ ਕਰਦੇ ਹੋਏ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰ ਵੱਲੋਂ 1500-1600 ਕਰੋੜ ਦਾ ਇੱਕ ਤਾਂ ਲਗਾ ਕੇ ਕੇਸ ਹਾਰ ਕੇ ਜਿਹੜਾ ਇਹ ਹਾਰ ਗਏ ਨੇ, ਜਿਹਦੇ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਇਹ ਪੈਸੇ ਇਹਨਾਂ ਨੂੰ ਦੇਣੇ ਪਏ, ਉਹਨਾਂ ਦੇ ਨਾਲ ਅੱਟੀ ਸੱਟੀ ਗਾਂਟ ਸਾਟ ਕਰਕੇ ਅੱਧੇ ਪੈਸੇ ਖਾ ਗਏ ਆਪਦੀ ਜੇਬਾਂ 'ਚ, ਅੱਧੇ ਉਹਨੇ। ਅਤੇ ਹੁਣ ਅਦਾਲਤ ਨੇ ਵੀ ਕਹਿਤਾ ਕਿ ਜਿਹੜੇ ਕੋਲਾ ਜਿਹਦੇ ਵਿੱਚ ਅਸੀਂ ਇਹਦੀ ਪੈਰਵੀ ਕੀਤੀ, 2 ਅਦਾਲਤਾਂ ਤੋਂ ਅਸੀਂ ਜਿੱਤ ਕੇ ਆਏ ਅਤੇ ਸੁਪਰੀਮ ਕੋਰਟ 'ਚ 2.5 ਸਾਲ ਇਹਨਾਂ ਨੇ ਕੱਖ ਨਹੀਂ ਕੀਤਾ, ਸੁਪਰੀਮ ਕੋਰਟ 'ਚ ਇਹ ਕੇਸ ਹਾਰ ਗਏ। ਅਦਾਲਤ ਨੇ ਵੀ ਕਿਹਾ ਕਿ ਸਰਕਾਰ ਨੇ ਪੈਰਵੀ ਠੀਕ ਨਹੀਂ ਕਰੇ ਜਿਹਦੇ ਕਰਕੇ ਹਾਰਨਗੇ। ਹੁਣ ਉਸ ਕੰਪਨੀ ਦੇ ਨਾਲ ਵੀ ਕੀ ਇਹਨਾਂ ਨੇ, ਅਸੀਂ 4-4.5 ਹਜ਼ਾਰ ਕਰੋੜ ਦਾ ਲੋਕਾਂ ਦੀ ਜੇਬਾਂ ਤੋਂ ਪੈਸੇ ਬਿਜਲੀ ਦੇ ਬਿੱਲ ਦੇ ਬਹਾਨੇ ਕੱਢ ਕੇ ਇਹਨਾਂ ਨੇ ਆਪ ਦੀ ਜੇਬਾਂ 'ਚ ਭਰੇ ਨੇ। ਇਹ ਸ਼ੁਰੂਆਤ ਹੈ, ਹੌਲੀ ਹੌਲੀ ਅਸੀਂ ਇੰਨੇ ਵੱਡੇ ਵੱਡੇ ਇਹਨਾਂ ਦੇ ਸਕੈਂਡਲ ਕੱਢਾਂਗੇ ਜਿਸ ਤਰ੍ਹਾਂ ਇਹਨਾਂ ਨੇ ਜ਼ਮੀਨਾਂ 'ਚ ਸਹੂਲਤਾਂ 'ਚ ਹਰੇਕ ਖੇਤਰ ਵਿੱਚ ਘਪਲੇ ਘੁਟਾਲੇ ਕੀਤੇ ਨੇ। ਜੇ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਨੂੰ ਵੇਚ ਕੇ ਕਿਵੇਂ ਇਹ ਖਾ ਗਏ, ਤਾਂ ਲੋਕ ਹੈਰਾਨ ਹੋਣਗੇ ਕਿ ਝੂਠੀ ਸੌਂਹ ਖਾਣ ਵਾਲੀ ਸਰਕਾਰ ਹੀ ਨਹੀਂ, ਲੇਕਿਨ ਲੋਕਾਂ ਦੇ ਢਿੱਡ 'ਚ ਲੱਤ ਮਾਰਨ ਵਾਲੀ ਸਰਕਾਰ ਉਹਨਾਂ ਨੇ ਬਣਾਈ। ਅਤੇ ਇਹਨਾਂ ਦੀ ਰਲੀ ਮਿਲੀ ਇਹਨਾਂ ਦੀ ਬੀ ਟੀਮ, ਆਮ ਆਦਮੀ ਦੀ ਪਾਰਟੀ, ਜਿਹੜਾ ਓਪੋਜੀਸ਼ਨ ਪਾਰਟੀ ਹੈ। ਲੇਕਿਨ ਮੈਂ ਅੱਜ ਪੁੱਛਣਾ ਚਾਹਾਂਗੀ, ਮੂੰਹ ਕੌਣ ਖੋਲ ਰਿਹਾ ਇਹਨਾਂ ਦੇ ਖਿਲਾਫ? ਇਹਨਾਂ ਦੇ 4-5 MLAs ਜਿਹੜਾ ਸਰੋਪੇ ਵੀ ਪਵਾ ਗਏ, ਜਿਨ੍ਹਾਂ ਨੇ ਅੱਜ ਅੱਡ ਪਾਰਟੀਆਂ ਖੜੀ ਕਰਕੇ ਇਲੈਕਸ਼ਨ ਵੀ ਲੜ ਗਏ, ਅੱਜ ਵੀ MLA ਬਣੇ ਬੈਠੇ ਨੇ ਕਿਉਂਕਿ ਕਾਂਗਰਸ ਦੇ ਸ਼ਹਿ ਦੇ ਵਿੱਚ ਨੇ। ਸੋ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਨੀਤੀ, ਕਦੇ ਪਰਿਵਾਰ ਦਾ ਮੈਂਬਰ ਪੱਟ ਕੇ ਸ਼੍ਰੋਮਣੀ ਅਕਾਲੀ ਦਲ ਦਾ PPP ਖੜਾ ਕਰ ਦਿਓ, ਉਹਦੀ ਅਸਲੀਅਤ ਸਾਹਮਣੇ ਆ ਜਾਂਦੀ ਜਦ ਉਹ ਕਾਂਗਰਸ ਵਿੱਚ ਵੜ ਜਾਂਦਾ ਹੈ। ਕਦੇ ਆਮ ਆਦਮੀ ਖੜੀ ਕਰ ਦਿਓ, ਜਿਹੜਾ ਲੋਕ ਸਭਾ ਇਲੈਕਸ਼ਨ 'ਚ ਅੱਡ ਅੱਡ ਪਾਰਟੀਆਂ ਕਰਕੇ ਤੁਹਾਡੇ ਸਰੋਪੇ ਲੈ ਕੇ ਤੁਹਾਡੀ ਮਦਦ ਕਰਕੇ ਅਜੇ ਵੀ ਆਮ ਆਦਮੀ 'ਚ ਬੈਠੇ, ਅਤੇ ਕਦੇ ਟਕਸਾਲੀਆਂ ਨੂੰ ਖੜਾ ਕਰ ਦਿਓ ਤਾਂ ਕਿ ਅਕਾਲੀ ਦਲ ਕਮਜ਼ੋਰ ਹੋ ਜਾਏ। ਲੋਕਾਂ ਨੂੰ ਚੰਗੀ ਤਰ੍ਹਾਂ ਚਾਨਣ ਹੋ ਗਿਆ, ਇੱਕ ਪਾਰਟੀ ਹੈਗੀ ਜਿਹੜੀ ਦਿਨ ਰਾਤ ਮਿਹਨਤ ਕਰਕੇ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਵਾਸਤੇ ਮਿਹਨਤ ਕਰਦੀ ਹੈ, ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਝੂਠੇ ਵਾਅਦੇ ਝੂਠੇ ਲਾਰੇ ਨਹੀਂ ਕਰਦੀ। ਅਤੇ ਇਹਨਾਂ ਦੇ ਝੂਠੇ ਕੰਮਾਂ ਤੋਂ ਸਾਰੇ ਜਣੇ ਸੁਚੇਤ ਹੋ ਗਏ ਨੇ, ਜਿਨ੍ਹਾਂ ਦਾ ਕੰਮਕਾਜ ਕੁਛ ਨਹੀਂ ਲੇਕਿਨ ਝੂਠੀ ਕਮਿਸ਼ਨਾਂ ਬਿਠਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ 'ਚ ਬਸ ਇਹਦੇ 'ਚ ਜ਼ੋਰ ਲੱਗਿਆ। ਅਤੇ ਲੁੱਟ ਲੁੱਟ ਕੇ ਕੈਪਟਨ ਸਾਹਿਬ ਨੇ ਵੱਡਾ ਮਹਿਲ ਜਿਹੜਾ ਬਣਾ ਲਿਆ ਹੈ, ਰਿਸ਼ਤੇਦਾਰਾਂ ਨੇ ਹੋਟਲਾਂ ਪਾ ਲਿੱਤੀਆਂ ਨੇ, ਲੋਕਾਂ ਦੇ ਬਿਜਲੀ ਦੇ ਬਿੱਲ ਵੱਧ ਰਹੇ ਨੇ, ਨੌਜਵਾਨ ਬੱਚੇ ਨਸ਼ਿਆਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੇ ਕਿਉਂਕਿ ਪੁਲਿਸ ਨਸ਼ੇ ਵੇਚੀ ਜਾ ਰਹੀ ਹੈਗੀ। ਅਤੇ ਹੁਣ ਤਾਂ ਇਹਨਾਂ ਦੇ ਖੁਦ ਦੇ MLA ਇਹਨਾਂ ਦੇ ਖਿਲਾਫ਼ ਬੋਲਣ ਲੱਗ ਗਏ, ਸਾਨੂੰ ਤਾਂ ਬੋਲਣ ਦੀ ਲੋੜ ਨਹੀਂ, ਲੋਕੀ ਤਾਂ ਬੋਲ ਹੀ ਰਹੇ ਸੀ, ਇਹਨਾਂ ਦੇ MLA ਬੋਲ ਰਹੇ। ਬਈ ਗੁਲਾਬੀ ਸੁੰਡੀ ਨਾਲ ਜਿਹੜਾ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਜਾਂ ਜਿਹੜਾ ਇਹਨਾਂ ਨੇ ਪਰਾਲੀ ਕੱਢਣ ਲਈ ਮੁਆਵਜ਼ਾ ਦੇਣਾ ਸੀ, ਕੋਈ ਵੀ ਮੁਆਵਜ਼ਾ ਨਹੀਂ ਦਿੱਤਾ। ਦੇਖੋ ਮੈਂ ਤਾਂ ਤੁਹਾਨੂੰ ਆਹ ਵੀ ਕਹਿੰਦੀ ਹਾਂ ਕਿ ਜਿਹੜਾ ਕਿਸਾਨਾਂ ਕਰਜ਼ੇ ਮਾਫ਼ੀ ਦੀ ਜਿਹੜੀ ਅਜੇ ਉਹ ਸਕੈਂਡਲ ਨਿਕਲੂਗਾ, ਜਿਹੜਾ ਇਹਨਾਂ ਨੇ ਕਰਜ਼ਾ ਕੁੜਕੀ ਮਾਫ਼ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਪਤਾ ਨਹੀਂ ਕਿੰਨੇ 100-2 ਹਜ਼ਾਰ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ। ਅਜੇ ਜਿਹੜਾ ਇਹਨਾਂ ਨੇ ਕਰਜ਼ਾ ਮਾਫ਼ੀ ਕੀਤਾ ਹੈ, ਜਿਹੜੇ ਉਹ ਕਿਸਾਨ ਨੂੰ 100-200-1500-2000 ਦੇ ਚੈੱਕ ਜਾ ਕੇ ਬਾਕੀ ਜਿਹੜਾ ਦੇ ਜੇਬਾਂ 'ਚ ਗਏ, ਜਦੋਂ ਡਿਟੇਲ ਕੱਢਾਂਗੇ ਤੁਹਾਨੂੰ ਵੱਡੀ ਹੈਰਾਨੀ ਆਊਗੀ। ਸੋ ਇਹਨਾਂ ਦੇ ਸਿਰਫ ਇਹ ਗੱਲਾਂ ਹੁੰਦੀਆਂ ਨੇ ਕਿ ਕਿਸਾਨਾਂ ਨੂੰ ਆਹ ਦੇਵਾਂਗੇ ਉਹ ਦੇਵਾਂ, ਦੇਣਾ ਨੇ ਤਾਂ ਇਹਨਾਂ ਨੇ ਕੀ ਹੈ, ਇਹਨਾਂ ਨੇ ਤਾਂ ਅਜੇ ਕਿਸਾਨਾਂ ਦੇ ਬਿਜਲੀ ਮੋਟਰਾਂ ਦੇ ਬਿੱਲ ਵੀ ਲਾਣੇ, ਮੈਂ ਤਾਂ ਪਹਿਲੇ ਕਹਿੰਦੀ ਸੀ। ਕੈਪਟਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਸ ਤੋਂ ਬਿਲਕੁਲ ਉਲਟ ਕਰਨਗੇ, ਜਿੰਨੇ ਝੂਠੇ ਵਾਅਦੇ ਇਹ ਖਜ਼ਾਨਾ ਖਾਲੀ ਮੰਤਰੀ ਨੇ ਕਹੇ ਨੇ, ਇੱਕ ਇੱਕ ਵਾਅਦੇ ਤੋਂ ਮੁੱਕਰ ਕੇ ਇਹਨਾਂ ਉਲਟ ਕਰਨਾ ਹੈਗਾ।
ਪੰਜਾਬ ਦੇ ਉੱਤੇ ਤਾਂ ਇਹਨਾਂ ਦੀ ਨੀਅਤ ਹੈ ਘਰ ਘਰ ਨੌਕਰੀ ਕੀ ਦੇਣੀ। ਇਹਨਾਂ ਦਾ ਇੱਕ ਮੰਤਰੀ ਕਹਿੰਦਾ ਅਸੀਂ ਤਾਂ ਚਾਹੁੰਦੇ ਕਿ ਸਾਰੇ ਛੱਡ ਛੱਡ ਵਿਦੇਸ਼ਾਂ 'ਚ ਜਾਣ, ਘੱਟ ਤੋਂ ਘੱਟ ਸਾਡੇ ਤੋਂ ਨੌਕਰੀ ਤਾਂ ਨਹੀਂ ਮੰਗਣਗੇ, ਇਹ ਇਹਨਾਂ ਦੀ ਸੋਚ ਹੈ। ਦੱਸ ਦਈਏ ਕਿ ਆਪਣਾ ਬਿਆਨ ਦੇਣ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਦਾ ਨਵਾਂ ਬਿਆਨ ਸਾਹਮਣੇ ਆਇਆ। ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਸਪਸ਼ਟ ਕੀਤਾ ਕਿ ਪੁਲਿਸ ਮੁਲਾਜ਼ਮਾਂ ਦੀ ਤਨਖਾਹ 'ਚ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਬਾਰੇ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਕੀਤਾ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ 'ਚ ਸਾਰੇ ਮੁਲਾਜ਼ਮਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ 'ਚ ਕਟੌਤੀ ਦਾ ਸਵਾਲ ਹੀ ਨਹੀਂ। ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਵਾਂਗ 13 ਮਹੀਨੇ ਦੀ ਪੂਰੀ ਤਨਖਾਹ ਮਿਲਦੀ ਰਹੇਗੀ ਅਤੇ ਹਫ਼ਤਾਵਾਰੀ ਛੁੱਟੀ ਵੀ ਮਿਲੇਗੀ। ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ, ਚੈਨਲ ਪੰਜਾਬ।